ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਨਾਲ ਮੈਂ ਹਰ ਸ਼ਰਨਕਰ ਅੱਜ 21 ਸਤੰਬਰ ਹੈ ਦਿਨ ਵੀਰਵਾਰ ਹੈ ਨਾਮਕਸ਼ਾਹੀ ਸੰਮਤ 555 ਦੇ ਮੁਤਾਬਿਕ ਅੱਜ 5:80 ਹੋ ਗਿਆ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਦੇ ਦਿੰਦੇ ਹਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਪਰ ਕੱਲ ਨੂੰ ਪੂਰਾ ਪੰਜਾਬ ਜਲ-ਥਲ ਹੋ ਜਾਊਗਾ ਗਰਜ ਚਮਕ ਦੇ ਨਾਲ ਹਲਕਾ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਉਸ ਤੋਂ ਬਾਅਦ ਪਰਸਨ ਤੇ ਚੌਥੇ ਯਾਨੀ ਕਿ 23 ਤੇ 24 ਸਤੰਬਰ ਨੂੰ ਫਿਰ ਮੀਂਹ ਪੈਣ ਦੀ ਸੰਭਾਵਨਾ ਮੁੱਕ ਗਈ ਹੈ ਉਸ ਤੋਂ ਬਾਅਦ 25 ਤੇ 26 ਸਤੰਬਰ ਨੂੰ ਵੀ ਮੌਸਮ ਨੇ ਪੰਜਾਬ ਸੁੱਕਾ ਰਹਿਣ ਦੀ ਹੀ ਸੰਭਾਵਨਾ ਜਤਾਈ ਹੈ ਹਰਿਆਣਾ ਦੀ ਗੱਲ ਕਰ ਲਈਏ ਤਾਂ ਉਥੇ ਅੱਜ ਤੋਂ ਲੈ ਕੇ 25 ਤਰੀਕ ਤੱਕ ਕਿਤਨਾ ਕਿਤੇ ਹਲਕਾ ਜਾਂ ਮੀਂਹ ਪੈ ਸਕਦਾ ਹੈ ਪਰ ਮੀਂਹ ਪੈਣ ਦੀ ਜ਼ਿਆਦਾ ਤੇ ਜਿਹੜੀ ਹੈਗੀ ਹੈ ਜ਼ਬਰਦਸਤ ਭਵਿੱਖਬਾਣੀ ਨਹੀਂ ਹੈ ਇਸੇ ਤਰ੍ਹਾਂ ਦੇ ਹਾਲਾਤ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵਿੱਚ ਵੀ ਰਹਿਣਗੇ 1984 ਸਿੱਖ ਕਤਲਿਆ ਮਾਮਲੇ ਦੇ ਵਿੱਚ ਸਾਕਾ ਕਾਂਗਰਸੀ ਸੰਸਦ ਮੈਂਬਰ ਜੋ ਕਿ ਹੁਣ ਤੱਕ ਮੁੱਖ ਮਲਜ਼ਮ ਮੰਨਿਆ ਜਾਂਦਾ ਰਿਹਾ ਹੈ ਸultanpuri ਦੇ ਵਿੱਚ ਮਾਰੇ ਗਏ 6 ਸਿੱਖਾਂ ਦੇ ਮਾਮਲੇ ਦੇ ਵਿੱਚ ਉਸ ਨੂੰ ਅਦਾਲਤ ਨੇ ਹੁਣ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲੇ ਤੇ ਵੱਡੀ ਨਿਰਾਸ਼ਾ ਜਤਾਉਂਦਿਆਂ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਲਿਜਾਣ ਦੀ ਗੱਲ ਆਖੀ ਹੈ ਤੇ ਦਿੱਲੀ ਕਮੇਟੀ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਕਿਹਾ ਕਿ ਇੰਜ ਲੱਗਦਾ ਜਿਵੇਂ ਦੁਬਾਰਾ ਨਸਲਕੁਸ਼ੀ ਹੋਈ ਹੋਵੇ ਤੇ ਦਿੱਲੀ ਦੇ ਪੁਲ ਬੰਗਸ਼ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਮਾਮਲੇ ਵਿੱਚ ਜਗਦੀਸ਼ ਟਾਇਟਲਰ ਦੇ ਖਿਲਾਫ ਕੇਸ ਦੀ ਸੁਣਵਾਈ ਆਉਂਦੀ 13 ਅਕਤੂਬਰ ਨੂੰ ਹੋਵੇਗੀ ਸ਼ੇਸ਼ ਜੱਜ ਵਿਕਾਸ ਟੁੱਲ ਨੇ ਕੱਲ ਮਾਮਲੇ ਦੀ ਸੁਣਵਾਈ ਸ਼ੁਰੂ ਕਰਨੀ ਸੀ ਪਰ ਜੱਜ ਨੇ ਮੁਲਜ਼ਮ ਵੱਲੋਂ ਪੇਸ਼ ਹੋਏ ਵਕੀਲ ਦੀ ਅਪੀਲ ਤੇ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਬਠਿੰਡਾ ਦੇ ਪਰਸਰਾਮ ਨਗਰ ਸਥਿਤ ਇੱਕ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਕੜੇ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਕੂਲ ਦੇ ਵਿੱਚ ਆਪਣੀ ਜਾਂਚ ਟੀਮ ਭੇਜੀ ਹੈ ਐਸਬੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ਤੇ ਧਰਮ ਪ੍ਰਚਾਰ ਕੇਂਦਰ ਤਲਵੰਡੀ ਸਾਬੋ ਦੇ ਇੰਚਾਰਜ ਜਗਪਾਲ ਸਿੰਘ ਪ੍ਰਚਾਰਕ ਨਿਰਪੈ ਸਿੰਘ ਅਮਰੀਕ ਸਿੰਘ ਤੇ ਹਰਦੀਪ ਸਿੰਘ ਨੂੰ ਸਥਾਨਕ ਸਕੂਲ ਵਿਚ ਜਾ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਐਡਵੋਕੇਟ ਤਾਂ ਅਮਿਨੀ ਕਹੇ ਕਿ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ ਜਦੋਂ ਵੀ ਕਕਾਰਾਂ ਦੇ ਨਾਲ ਸਬੰਧਤ ਕੋਈ ਅਜਿਹਾ ਮਾਮਲਾ ਆਉਂਦਾ ਹੈ ਤਾਂ ਸੰਗਤਾਂ ਦੇ ਅੰਦਰ ਰੋਸ ਫੈਲਣਾ ਕੁਦਰਤੀ ਹੈ ਦਰਸਲ ਬਠਿੰਡਾ ਦੇ ਸ਼ਹੀਦ ਕਾਂਸਟੇਬਲ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵੀਡੀਓ ਲੰਘੇ ਦਿਨ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਇਹਦੇ ਵਿੱਚ ਸਕੂਲ ਦਾ ਇੱਕ ਸੁਰੱਖਿਆ ਗਾਰਡ ਆਪਣੇ ਹੱਥ ਵਿੱਚ ਰੱਸੀ ਨਾਲ ਬੰਨੇ ਸੈਂਕੜੇ ਕੜੇ ਲਿਜਾਂਦਾ ਨਜ਼ਰ ਆ ਰਿਹਾ ਹੈ ਵੀਡੀਓ ਬਣਾਉਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਸਿੱਖ ਬੱਚਿਆਂ ਦੇ ਕੜੇ ਸਕੂਲ ਦੇ ਵਿੱਚ ਲਹਾਈ ਜਾਂਦੇ ਨੇ ਅਕਾਲੀ ਦਲ ਦੀ ਬਠਿੰਡੇ ਤੋਂ ਐਮਪੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੜੇ ਉਤਰਵਾਉਣ ਵਾਲੇ ਸਕੂਲ ਸਕੂਲ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਰਦੇ ਹਾਂ ਹਰ ਸਿਮਰਤ ਬਾਦਲ ਨੇ ਲਿਖਿਆ ਕਿ ਪੰਜਾਬ ਦੀ ਧਰਤੀ ਜਿੱਥੇ ਦਸਮ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਪੰਜ ਕਕਾਰਾਂ ਦੀ ਅਦੁੱਤੀ ਦਾਤ ਰਹੀ ਵੱਖਰੀ ਪਛਾਣ ਦਿੱਤੀ ਸੀ ਉਸੇ ਪੰਜਾਬ ਦੀ ਧਰਤੀ ਤੇ ਅੱਜ ਕਕਾਰਾਂ ਤੇ ਹਮਲੇ ਹੋ ਰਹੇ ਨੇ ਦੂਜੀ ਵਾਰਸੇ ਬਠਿੰਡਾ ਦੇ ਡੀਓ ਨੇ ਸਕੂਲ ਦੇ ਮੁਖ ਅਧਿਆਪਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਤੇ ਮੁਖ ਅਧਿਆਪਕ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਨਾਂ ਕਿਸੇ ਕਾਰਨ ਦੇ ਹੈ ਕਹਿੰਦੇ ਮੈਂ ਖੁਦ ਸਿੱਖਾਂ ਸਾਡੇ ਸਕੂਲ ਦਾ ਸਟਾਫ ਵੀ ਸਿੱਖ ਹੈ 25 ਇਸ ਤੋਂ ਤਵਾਦ ਵਿਦਿਆਰਥੀ ਨੇ ਅਜਿਹਾ ਕਦੇ ਨਹੀਂ ਹੋਇਆ ਕਹਿੰਦੇ ਹਾਲ ਹੀ ਵਿੱਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ ਜਿਸ ਕਰਕੇ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਵੱਡੇ ਕੜੇ ਨਾ ਪਾਉਣ ਦੀ ਸਲਾਹ ਦਿੱਤੀ ਸੀ ਤੇ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਵਿੱਚ ਤਾਈ ਸੀ ਪਰ ਸਕੂਲ ਦੇ ਵਿੱਚ ਕੜੇ ਪਹਿਨਣ ਤੇ ਕੋਈ ਮਨਾਹੀ ਨਹੀਂ ਹੈ ਯਾਨੀ ਕਿ ਸਕੂਲ ਪ੍ਰਿੰਸੀਪਲ ਦੇ ਬਿਆਨ ਤੋਂ ਹੀ ਪਤਾ ਲੱਗਦਾ ਹੈ ਕਿ ਕੜੇ ਤਾਂ ਜ਼ਰੂਰ ਲੁਹਾਏ ਗਏ ਨੇ ਤੇ ਜਿਹੜੇ ਕੜੇ ਲਿਜਾਂਦਾ ਵੀਡੀਓ ਦੇ ਵਿੱਚ ਮੁਲਾਜ਼ਮ ਦਿਖਾਈ ਦੇ ਰਿਹਾ ਉਹ ਕੋਈ ਬਹੁਤ ਜ਼ਿਆਦਾ ਵੱਡੇ ਕੜੇ ਨਹੀਂ ਦਿਖਾਈ ਦਿੰਦੇ ਬਹੁਤ ਹੀ ਨਾਰਮਲ ਸਾਈਜ਼ ਦੇ ਆਮ ਕੜੇ ਦਿਖਾਈ ਦਿੰਦੇ ਨੇ ਅਜਿਹੇ ਕੜਿਆਂ ਦੇ ਨਾਲ ਕੋਈ 60 ਫੀਟ ਵਜਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਖੈਰ ਐਸਜੀਪੀਸੀ ਦੀ ਜਾਂਚ ਕਮੇਟੀ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰਕੇ ਕੀ ਰਿਪੋਰਟ ਦਿੰਦੀ ਹੈ ਉਸ ਤੋਂ ਬਾਅਦ ਐਸਜੀਪੀਸੀ ਕੀ ਐਕਸ਼ਨ ਲੈਂਦੀ ਹੈ ਇਸ ਦੀ ਵੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਪੰਜਾਬ ਦੇ ਵਿੱਚ ਕੱਲ ਕੀਤੀ ਗਈ ਸਰਕਾਰੀ ਬੱਸਾਂ ਦੀ ਹੜਤਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਹੋਣ ਤੋਂ ਬਾਅਦ ਸਮਾਪਤ ਕਰ ਦਿੱਤੀ ਗਈ ਲਾਲਜੀਤ ਸਿੰਘ ਭੁੱਲਰ ਨੇ ਹੜਤਾਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤਾਂ ਦਾਵਾ ਕੀਤਾ ਕਿ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਨੇ ਪਰ ਨਿਜਮ ਜਿਹੜੇ ਨੇ ਉਹ ਨਿਜਮਾਂ ਦੇ ਮੁਤਾਬਿਕ ਉਹਨਾਂ ਨੂੰ ਲਾਗੂ ਕਰਨ ਸਮਾਂ ਲੱਗ ਰਿਹਾ ਹੈ ਉਹ ਛੇਤੀ ਕਹਿੰਦੇ ਲਾਗੂ ਕੀਤੀਆਂ ਜਾਣਗੀਆਂ ਉਹਨਾਂ ਮੁਲਾਜ਼ਮਾਂ ਨੂੰ ਵਿਭਾਗ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤੇ ਨਾਲ ਹੀ ਹੁਕਮ ਵੀ ਦਿੱਤੇ ਅਧਿਕਾਰੀਆਂ ਨੂੰ ਕਿ ਮੁਲਾਜ਼ਮਾਂ ਨੂੰ ਅਗਲੀ ਤਨਖਾਹ 5% ਦੀ ਵਾਧੇ ਨਾਲ ਦਿੱਤੀ ਜਾਵੇ ਬਲੈਕਲਿਸਟ ਕੀਤੇ ਮੁਲਾਜ਼ਮਾਂ ਨੂੰ ਨਿਜਮਾਂ ਮੁਤਾਬਕ ਬਹਾਲ ਕੀਤਾ ਜਾਵੇ ਤੇ ਬੱਸਾਂ ਦੀ ਲੋੜਿੰਦੀ ਮੁਰੰਮਤ ਤੁਰੰਤ ਕਰਵਾਈ ਜਾਵੇ ਕੱਲ ਤੜਕੇ ਤੋਂ ਹੀ ਕੰਟਰੈਕਟ ਮੁਲਾਜ਼ਮਾਂ ਨੇ ਇਹ ਹੜਤਾਲ ਬੱਸਾਂ ਦੀ ਪੰਜਾਬ ਦੇ ਸਾਰੇ ਬੱਸ ਅੱਡਿਆਂ ਦੇ ਵਿੱਚ ਸ਼ੁਰੂ ਕਰ ਦਿੱਤੀ ਸੀ ਭਾਵੇਂ ਪੱਕੇ ਮੁਲਾਜ਼ਮਾਂ ਦੇ ذریعے ਕੁਝ ਬੱਸਾਂ ਚੱਲਦੀਆਂ ਰਹੀਆਂ ਸਰਕਾਰ ਪੱਕਿਆਂ ਦੇ ਆਸਰੇ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕਰ ਰਹੀ ਸੀ ਪਰ ਪੱਕੇ ਘੱਟ ਤੇ ਕੱਚੇ ਵੱਧ ਨੇ ਇਸ ਕਰਕੇ ਲੋਕ ਖੱਜਲ ਖੁਆਰਤਾ ਹੁੰਦੇ ਰਹੇ ਸਰਕਾਰੀ ਬੱਸਾਂ ਦੇ ਵਿੱਚੋਂ ਮੁਫਤ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਨਿੱਜੀ ਬੱਸਾਂ ਆਹੀਂ ਕਰਾਏ ਲਾਲਾ ਕੇ ਆਪਣੀਆਂ ਮੰਜ਼ਿਲਾਂ ਤੇ ਪਹੁੰਚਣਾ ਪਿਆ ਤੇ ਕੱਲ ਕੱਲ ਦੇ ਦਿਨ ਪੀਆਰਟੀਸੀ ਨੂੰ 1 ਕਰੋੜ ਤੋਂ ਵੱਧ ਦਾ ਘਾਟਾ ਹੜਤਾਲ ਕਰਕੇ ਪਿਆ ਸਰਕਾਰੀ ਬਸਾਂ ਦੇ ਕੰਟਰੈਕਟ ਕਾਮਿਆਂ ਦੀਆਂ ਮੰਗਾਂ ਇਹੀ ਨੇ ਰੋਸਾ ਇਹੀ ਹੈ ਕਿ ਕੱਚਿਆਂ ਨੂੰ ਪੱਕੇ ਕੀਤਾ ਜਾਵੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਨਵੀਆਂ ਬੱਸਾਂ ਪਾਈਆਂ ਜਾਣ ਹੁਣ ਆਉਂਦੀ 29 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਯੂਨੀਅਨ ਦੀ ਬੈਠਕ ਹੋਵੇਗੀ ਉਸ ਦੇ ਵਿੱਚ ਕੀ ਫੈਸਲਾ ਲਿਆ ਜਾਊਗਾ ਉਸ ਤੋਂ ਬਾਅਦ ਹੀ ਮੁਲਾਜ਼ਮ ਅੱਗੇ ਹੜਤਾਲ ਕਰਨ ਜਾਂ ਫਿਰ ਨਾ ਕਰਨ ਦਾ ਫੈਸਲਾ ਲੈਣਗੇ ạtari waga border ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਕੱਲ ਹੁਸੈਨੀਵਾਲਾ ਸਰਹੱਦ ਤੇ ਰੈਲੀ ਕਰਕੇ ਸਰਹੱਦ ਨੂੰ ਵਪਾਰ ਦੇ ਲਈ ਖੋਲਣ ਦੀ ਮੰਗ ਕੀਤੀ ਗਈ ਇਸ ਦੌਰਾਨ ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਉਪਜ ਸਣੇ ਹੋਰ ਵਰਗਾਂ ਨੂੰ ਵੀਜ਼ਾ ਸ਼ਰਤਾਂ ਖਤਮ ਕਰਕੇ ਪਾਸਪੋਰਟ ਤੇ ਸਿੱਧਾ ਪਾਕਿਸਤਾਨ ਦੇ ਨਾਲ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਨਫਰੰਸਾਂ ਵੀ ਕੀਤੀਆਂ ਗਈਆਂ ਤੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਯੂਨੀਅਨ ਦੇ ਵੱਲੋਂ ਭਾਰਤ ਪਾਕਿਸਤਾਨ ਦਰਮਿਆਨ ਸੜਕੀ ਲਾਂਘੇ ਰਾਹੀਂ ਵਪਾਰ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੀ ਉਪਜਾ ਜਿਹੜੀ ਉਹ ਸਿੱਧਾ ਮੰਡੀਆਂ ਦੇ ਵਿੱਚ ਵੇਚ ਸਕਣ ਅਤੇ ਖੁਸ਼ਹਾਲ ਹੋ ਸਕਣ ਸੰਗਰੂਰ ਦੇ ਧੂਰੀ ਵਿੱਚ ਕਿਸਾਨ ਯੂਨੀਅਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਮੂਹਰੇ ਪੱਕਾ ਮੋਰਚਾ ਲਾ ਦਿੱਤਾ ਹੈ ਮੋਰਚੇ ਵਿੱਚ ਡਟੇ ਕਿਸਾਨ ਹਲਕਾ ਧੂਰੀ ਮਲੇਰਕੋਟਲਾ ਅਮਰਗੜ ਤੇ ਮਹਿਲਕਲਾਂ ਦੇ ਕਰੀਬ 70 ਪਿੰਡਾਂ ਨੂੰ ਨਹਿਰੀ ਪਾਣੀ ਦੇਣ ਦੀ ਮੰਗ ਕਰ ਰਹੇ ਨੇ ਇਹ ਮੋਰਚਾ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਲਾਇਆ ਗਿਆ ਤੇ ਕਿਸਾਨਾਂ ਨੇ ਐਲਾਨ ਕੀਤਾ ਹੈ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਮੋਰਚਾ ਜਾਰੀ ਰਹੂਗਾ ਕੱਲ ਪਿੰਡੂ ਮਜ਼ਦੂਰ ਯੂਨੀਅਨ ਨੇ ਵੀ ਸੂਬਾ ਭਰ ਦੇ ਵਿੱਚ ਧਰਨੇ ਮੁਜ਼ਾਰੇ ਕੀਤੇ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਜ਼ਮੀਨ ਪਲਾਟ ਲਾਲ ਕਿੱਤੇ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਪੱਕਾ ਰੋਜ਼ਗਾਰ ਤੇ ਦਿਹਾੜੇ 'ਚ ਵਾਅਦਾ ਕਰਨ ਸਮੇਤ ਕਰਜ਼ਾ ਮਾਫੀ ਤੇ ਸਮਾਜਿਕ ਜ਼ਬਰ ਦੇ ਖਾਤਮੇ ਦੇ ਲਈ 9 ਜ਼ਿਲ੍ਹਿਆਂ ਦੇ ਵਿੱਚ ਧਰਨੇ ਦੇ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਵਿਰਾਸਤੀ ਸ਼ਹਿਰ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਜਿਹੜਾ ਮੇਲਾ ਲੱਗਿਆ ਹੋਇਆ ਉਹਦਾ ਕੱਲ ਦੂਜਾ ਦਿਨ ਸੀ ਅੱਜ ਤੀਸਰਾ ਦਿਨ ਹੈ ਕੱਲ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਤੱਕ ਕਾਫਲਾਇ ਵਿਰਾਸਤ ਸਜਾਇਆ ਗਿਆ ਜਿਸ ਵਿੱਚ ਸਕੂਲੀ ਵਿਦਿਆਰਥੀਆਂ ਕਲਾਕਾਰਾਂ ਤੇ ਸਾਹਿਤਕਾਰਾਂ ਨੇ ਹਿੱਸਾ ਲਿਆ ਇਸ ਕਾਫਲੇ ਵਿੱਚ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਤੇ ਪਹਿਰਾਵੇ ਬਾਰੇ ਵਿਲੱਖਣ ਪੇਸ਼ਕਾਰੀਆਂ ਵੇਖਣ ਨੂੰ ਮਿਲੀਆਂ ਅੱਜ ਸ਼ਾਮ ਨੂੰ ਸੂਫਿਆਨਾ ਪ੍ਰੋਗਰਾਮ ਹੋਵੇਗਾ ਰਾਤ ਨੂੰ 8 ਵਜੇ ਮੇਲੇ ਦੇ ਪੰਡਾਲ ਦੇ ਵਿੱਚ ਇਸੇ ਤਰ੍ਹਾਂ ਬਾਬਾ ਫਰੀਦ ਨਰਸਿੰਘ ਕਾਲਜ ਕੋਟਕਪੂਰਾ ਦੇ ਵਿੱਚ ਕੌਮੀ ਲੋਕ ਨਾਚ ਸਮਾਗਮ ਹੋਵੇਗਾ ਅਨਾਜ ਮੰਡੀ ਵਿੱਚ ਤਰਕਸ਼ੀਲ ਮੇਲਾ ਹੋਵੇਗਾ ਨੈਰੋ ਸਟੇਡੀਅਮ ਦੇ ਵਿੱਚ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ ਸ਼ੁਰੂ ਹੋ ਜਾਣਗੇ ਪੰਜਾਬ ਦੀ ਵੱਡੀ ਸਿਆਸੀ ਖਬਰ ਤੁਹਾਨੂੰ ਕੱਲ ਦੀ ਦੱਸਦ ਨੇ ਹਾਂ ਵਿਧਾਨ ਸਭਾ ਹਲਕਾ ਬੋਰ ਤੋਂ ਬੀਜੇਪੀ ਦੇ ਸਾਬਕਾ ਵਿਧਾਇਕ ਅਰुण ਨਾਰੰਗ ਕੱਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਨਾਰੰਗ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਅਤੇ ਸਵਾਗਤ ਕੀਤਾ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਐਕਸ ਤੇ ਸੁਨੇਹਾ ਦਿੱਤਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ 2017 ਦੀਆਂ ਚੋਣਾਂ ਦੇ ਵਿੱਚ ਅਰुण ਨਾਰੰਗ ਨੇ ਉਸ ਵਕਤ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਹਰਾਇਆ ਸੀ ਤੇ ਹੁਣ ਭਾਜਪਾ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਅਰुण ਨਾਰੰਗ ਨਾਰੰਗ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਨਵੇਂ ਅਹੁਦੇਦਾਰਾਂ ਦੇ ਐਲਾਨ ਤੋਂ ਬਾਅਦ ਪੁਰਾਣੇ ਜਿਹੜੇ ਲੀਡਰ ਨੇ ਉਹ ਨਾਖੁਸ਼ ਦਿਖਾਈ ਦੇ ਰਹੇ ਨੇ ਤੇ ਇਹਨਾਂ ਪੁਰਾਣੇ ਲੀਡਰਾਂ ਦੇ ਵੱਲੋਂ 24 ਸਤੰਬਰ ਨੂੰ ਮੀਟਿੰਗ ਵੀ ਕੀਤੀ ਜਾਵੇਗੀ। ਬਠਿੰਡਾ ਦੇ ਇੱਕ ਗੁਰੂ ਘਰ ਦੇ ਵਿੱਚ ਦੋ ਲੜਕੀਆਂ ਦੇ ਆਨੰਦ ਕਾਰਜ ਕਰਵਾਉਣ ਦਾ ਮਾਮਲਾ ਭਖ ਗਿਆ ਹੈ ਕਿਉਂਕਿ ਸਿੱਖ ਮਰਿਆਦਾ ਦੇ ਉਲਟ ਹੈ। ਵਿਆਹ ਕਰਵਾਉਣ ਵਾਲੀਆਂ ਲੜਕੀਆਂ ਮਾਨਸਾ ਤੇ ਬਠਿੰਡਾ ਦੀਆਂ ਦਸੀਆਂ ਗਈਆਂ ਨੇ ਉਹਨਾਂ ਦੇ ਪਰਿਵਾਰ ਵੀ ਉੱਥੇ ਪਹੁੰਚੇ ਹੋਏ ਸੀ। ਮਾਮਲੇ ਦੀ ਭਿੰਨਕ ਪਈ ਸਿੱਖ ਜਥੇਬੰਦੀਆਂ ਪਹੁੰਚੀਆਂ ਮੌਕੇ ਤੇ ਜਾਇਜ਼ਾ ਲਿਆ ਐਸ.ਜੇ.ਪੀ.ਸੀ ਦੀ ਟੀਮ ਵੀ ਪਹੁੰਚ ਗਈ ਤੇ ਹੁਣ ਮਾਮਲਾ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚ ਗਿਆ ਹੈ ਮਾਮਲਾ ਬਠਿੰਡਾ ਦੇ ਗੁਰਦੁਆਰਾ ਗੁਰੂ ਦਸਰੀ ਕਲਗੀਧਰ ਸਾਹਿਬ ਦਾ ਹੈ ਜਿੱਥੇ ਕੁੜੀਆਂ ਨੇ ਅਦਾਲਤ ਦੀ ਇਜਾਜ਼ਤ ਦਾ ਹਵਾਲਾ ਦਿੰਦੇ ਹੋਏ ਗ੍ਰੰਥੀ ਸਿੰਘਾਂ ਦਾ ਭਰੋਸਾ ਹਾਸਲ ਕਰਕੇ ਵਿਆਹ ਕਰਵਾ ਲਿਆ ਇਸ ਮਾਮਲੇ ਵਿੱਚ ਐਸਜੀਪੀਸੀ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਗੁਰਦੇਵ ਹਰਦੇਵ ਸਿੰਘ ਤੇ ਅਜੈਬ ਸਿੰਘ ਨੂੰ ਤਾਲਬ ਕਰ ਲਿਆ ਹਾਲਾਂਕਿ ਗ੍ਰੰਥੀ ਸਿੰਘਾਂ ਨੇ ਮਾਫੀ ਵੀ ਮੰਗੀ ਹੈ ਉਹਨਾਂ ਦੱਸਿਆ ਕਿ ਇਹਨਾਂ ਨੇ ਆ ਕੇ ਅਦਾਲਤੀ ਇਜਾਜ਼ਤ ਦੀ ਕਾਪੀ ਦਿਖਾਈ ਉਸ ਤੋਂ ਬਾਅਦ ਆਪਸ ਦੇ ਵਿੱਚ ਗ੍ਰੰਥੀ ਸਿੰਘਾਂ ਨੇ ਸਲਾਹ ਕੀਤੀ ਅਤੇ ਪਰਿਵਾਰ ਉੱਥੇ ਪਹੁੰਚੇ ਹੋਣ ਕਰਕੇ ਆਨੰਦ ਕਾਰਜ ਕਰਵਾ ਦਿੱਤਾ ਇਹ ਵੀ ਪਤਾ ਲੱਗਾ ਕਿ ਵਿਆਹ ਕਰਵਾਉਣ ਵਾਲੀਆਂ ਲੜਕੀਆਂ ਗੈਰ ਸਿੱਖ ਨੇ ਤੇ ਮਾਮਲਾ ਧਾਰਮਿਕ ਹੋਣ ਕਰਕੇ ਗੁਰੂ ਘਰ ਦੀ ਕਮੇਟੀ ਨੇ ਦੋਵੇਂ ਗ੍ਰੰਥੀਆਂ ਨੂੰ ਹਟਾਉਣ ਦੀ ਗੱਲ ਕਹਿੰਦੇ ਹੋਏ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਤੇ ਐਸਜੀਪੀਸੀ ਨੇ ਜਾਂਚ ਕਮੇਟੀ ਬਣਾ ਦਿੱਤੀ ਹੈ ਭਾਰਤ ਤੇ ਕੈਨੇਡਾ ਦੇ ਵਿਚਾਲੇ ਗਰਮੀ ਲਗਾਤਾਰ ਵੱਧ ਰਹੀ ਹੈ ਕੱਲ ਕੈਨੇਡਾ ਨੇ ਜਿੱਥੇ ਆਪਣੇ ਭਾਰਤ ਦੇ ਵਿੱਚ ਮੌਜੂਦ ਨਾਗਰਿਕਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਉੱਥੇ ਹੀ ਭਾਰਤ ਨੇ ਵੀ ਕੈਨੇਡਾ ਦੇ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਜਾਂ ਫਿਰ ਕੈਨੇਡਾ ਨੂੰ ਜਾਣ ਵਾਲਿਆਂ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਜੰਮੂ ਕਸ਼ਮੀਰ ਅਸਾਮ ਤੇ ਮਨੀਪੁਰ ਨਾ ਜਾਣ ਦੇ ਲਈ ਕਿਹਾ ਤੇ ਭਾਰਤ ਨੇ ਵੀ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਤਣਾਅ ਵਾਲੇ ਇਲਾਕਿਆਂ 'ਚ ਜਾਣ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰੀ ਦੇ ਹਰਦੀਪ ਸਿੰਘ ਨਿੱਜਰ ਮਾਮਲੇ ਵਿੱਚ ਭਾਰਤ ਤੇ ਕੈਨੇਡਾ ਦੇ ਵਿਚਾਲੇ ਪੈਦਾ ਹੋਏ ਕੂਟਨੀਤਿਕ ਟਕਰਾਅ ਦੇ ਦਰਮਿਆਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਾਰੇ ਘਟਨਾਕਰਮ ਤੋਂ ਜਾਣੂ ਕਰਵਾਇਆ ਪਤਾ ਲੱਗਿਆ ਕਿ ਜੈ ਸ਼ੰਕਰ ਨੇ ਪ੍ਰਧਾਨ ਮੰਤਰੀ ਨਾਲ ਸੰਸਦ ਵਿੱਚ ਮੁਲਾਕਾਤ ਕੀਤੀ ਅਤੇ ਇਸ ਮੁੱਦੇ ਤੇ ਵਿਚਾਰ ਕੀਤੀ ਇਸ ਦਮਾਨ ਕਾਂਗਰਸ ਪਾਰਟੀ ਨੈਸ਼ਨਲਿਸਟ ਯਾਨੀ ਕਿ ਐਨਸੀਪੀ ਅਗੂ ਸੁਪਰੀਆ ਸੁਲੇ ਨੇ ਸਰਕਾਰ ਨੂੰ ਇਸ ਮੁੱਦੇ ਤੇ ਸੰਸਦ ਦੇ ਚੱਲ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਚਰਚਾ ਕਰਨ ਲਈ ਕਿਹਾ ਕੈਨੇਡਾ ਦੇ ਭਾਈਵਾਲਾਂ ਦੀ ਗੱਲ ਕਰ ਲਈਏ ਤਾਂ ਉਹ ਕੈਨੇਡਾ ਦੇ ਇਲਜ਼ਾਮਾਂ ਦੀ ਹਮਾਇਤ ਵਿੱਚ ਆਪਸ ਵਿੱਚ ਵੰਡੇ ਗਏ ਨੇ ਕੈਨੇਡਾ 5 ਆਈਜ਼ ਨੈਟਵਰਕ ਦਾ ਹਿੱਸਾ ਹੈ ਜਿਸ ਵਿੱਚ ਅਮਰੀਕਾ ਬ੍ਰਿਟਾਨੀਆ ਆਸਟ੍ਰੇਲੀਆ ਕੈਨੇਡਾ ਤੇ ਨਿਊਜ਼ੀਲੈਂਡ ਸ਼ਾਮਲ ਨੇ ਹਾਲਾਂਕਿ ਅਮਰੀਕਾ ਬ੍ਰਿਟਾਨੀਆ ਤੇ ਆਸਟ੍ਰੇਲੀਆ ਨੇ ਕੈਨੇਡਾ ਦੇ ਇਲਜ਼ਾਮਾਂ ਤੇ ਚਿੰਤਾ ਤਾਂ ਜਤਾਈ ਹੈ ਪਰ ਕੈਨੇਡਾ ਦਾ ਪੱਖ ਲੈਣ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਇਸ ਦਰਮਿਆਨ ਅਮਰੀਕਾ ਦੇ ਵਾਈਟ ਹਾਊਸ ਦੀ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਬੁਲਾਰਾ ਐਂਡਰਿਨ ਵਾਟਸਨ ਨੇ ਸਪਸ਼ਟ ਕੀਤਾ ਹੈ ਕਿ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ ਅਮਰੀਕਾ ਹਰ ਹਾਲਤ ਵਿੱਚ ਕੈਨੇਡਾ ਦੀ ਇਸ ਮੁੱਦੇ ਤੇ ਹਮਾਇਤ ਕਰ ਰਿਹਾ ਹੈ ਉਹ ਬਿਲਕੁਲ ਗਲਤ ਨੇ ਅਸੀਂ ਕਹਿੰਦੇ ਇਸ ਮੁੱਦੇ ਤੇ ਕੈਨੇਡਾ ਦੇ ਨਾਲ ਸੰਪਰਕ ਦੇ ਵਿੱਚ ਹਾਂ ਲਗਾਤਾਰ ਸੰਪਰਕ ਦੇ ਵਿੱਚਾਂ ਕਿਉਂਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਤੇ ਅਸੀਂ ਕੈਨੇਡਾ ਦੇ ਵਿੱਚ ਜੋ ਕਾਨੂੰਨੀ ਜਾਂਚ ਚੱਲ ਰਹੀ ਹੈ ਉਸ ਦੀ ਸਪੋਰਟ ਕਰਦੇ ਹਾਂ ਪਰ ਨਾਲ ਹੀ ਨਾਲ ਅਸੀਂ ਭਾਰਤ ਸਰਕਾਰ ਦੇ ਸੰਪਰਕ ਦੇ ਵਿੱਚ ਵੀ ਹਾਂ ਹਾਲਾਂਕਿ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਤਾਜ਼ਾ ਕੂਟਨੀਤਿਕ ਵਿਵਾਦਾਂ ਦਾ ਅਸਰ ਦੋਵੱਲੇ ਸੈਨਿਕ ਸਬੰਧਾਂ ਤੇ ਨਹੀਂ ਪਏਗਾ। ਅਗਲੇ ਹਫਤੇ ਦਿੱਲੀ ਵਿੱਚ ਹੋਣ ਵਾਲੇ ਰੱਖਿਆ ਸੰਮੇਲਨ ਦੇ ਵਿੱਚ ਕੈਨੇਡਾ ਦੀ ਫੌਜ ਹਿੱਸਾ ਲਵੇਗੀ। ਦੋਵਾਂ ਦੇਸ਼ਾਂ ਦੇ ਸੀਨੀਅਰ ਫੌਜੀ ਅਧਿਕਾਰੀਆਂ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। 26 ਤੇ 27 ਸਤੰਬਰ ਨੂੰ ਦਿੱਲੀ ਵਿੱਚ ਆਈਪੀਏਸੀਸੀ ਸੰਮੇਲਨ ਦੀ ਮੇਜ਼ਬਾਨੀ ਭਾਰਤੀ ਫੌਜ ਕਰ ਰਹੀ ਹੈ ਤੇ ਕੈਨੇਡਾ ਦੀ ਉਪ ਫੌਜ ਮੁਖੀ ਮੇਜਰ ਜਨਰਲ ਪੀਟਰ ਸਕਾਟ ਦੇ ਵੱਲੋਂ ਇਹਦੇ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਇਸ ਦਰਮਿਆਨ ਇਹ ਵੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਵੀ ਭੇਜਿਆ ਹੈ। ਭਾਰਤ ਕੈਨੇਡਾ ਦਰਮਿਆਨ ਚੱਲ ਰਹੇ ਇਸ ਮੁੱਦੇ ਵਿੱਚ ਭਾਰਤ ਦੇ ਸਿੱਖ ਲੀਡਰ ਵੀ ਆਪਣੇ ਬਿਆਨ ਦੇ ਰਹੇ ਨੇ ਐਸਜੀਪੀਸੀ ਅਤੇ ਅਕਾਲੀ ਦਲ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਇਨੀ ਰਗਵੀਰ ਸਿੰਘ ਨੇ ਵੀ ਭਾਰਤ ਸਰਕਾਰ ਨੂੰ ਕੈਨੇਡਾ ਸਰਕਾਰ ਦੇ ਇਲਜ਼ਾਮਾਂ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਦੇ ਲਈ ਕਿਹਾ ਹੈ। ਦੇ ਨਾਲ ਹੀ ਇਹ ਵੀ ਕਹਿ ਕੇ ਭਾਰਤ ਸਰਕਾਰ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਵੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨੱਜਰ ਦੇ ਖਤਮ ਦਾ ਜਿਹੜਾ ਇਲਜ਼ਾਮ ਹੈ ਉਹ ਸ਼ਰੇਆਮ ਭਾਰਤੀਆਂ ਏਜੰਸੀਆਂ ਤੇ 라운 ਦੀ ਜਿਹੜੀ ਸੰਭਾਵਨਾ ਹੈ ਉਹ ਉਹਨਾਂ ਨੇ ਪ੍ਰਗਟ ਕੀਤੀ ਹੈ ਜਿਸ ਨੇ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰ ਕੇ ਰੱਖ ਦਿੱਤਾ ਹੈ ਔਰ ਸਿੱਖਾਂ ਨੂੰ ਫੇਰ ਤੋਂ ਸਾका ਨੀਲਾ ਤਾਰਾ ਦੀ ਯਾਦ ਆਈ ਹੈ 1984 ਵਿੱਚ ਹੋਏ ਦੰਗਿਆਂ ਦੀ ਯਾਦ ਸਿੱਖ ਨਸਲ 쿠ਸ਼ੀ ਦੀ ਯਾਦ ਆਈ ਹੈ ਔਰ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਹੋਏ ਸ਼ਰਿਆਮ ਕਤਲੇਆਮ ਦੀ ਜਿਹੜੀ ਯਾਦ ਸੀ ਉਹ ਫਿਰ ਆਈ ਹੈ ਔਰ ਸਿੱਖਾਂ ਦੇ ਜਿਹੜੇ ਹਿਰਦੇ ਦੇ ਜ਼ਖਮ ਸਨ ਉਹਨਾਂ ਵਿੱਚ ਫੇਰ ਕੱਲ ਦਾ ਰਿਸਾ ਜਿਹੜਾ ਸੀ ਉਹ ਪਾਇਦਾ ਹੋ ਚੁੱਕਾ ਹੈ ਜੇਕਰ ਭਾਰਤ ਦੀ ਸਰਕਾਰ ਦੀਆਂ ਏਜੰਸੀਆਂ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦੇ ਕਤਲ ਵਿੱਚ ਸ਼ਾਮਲ ਨੇ ਤੇ ਇਹਦੇ ਤੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗ ਪਾਏ ਤੇ ਖੇਤ ਦਾ ਰਖਵਾਲਾ ਜਿਹੜਾ ਹੈ ਖੇਤ ਦੀ ਰੱਖਿ ਜਿਹੜੀ ਹੈ ਉਹ ਕੌਣ ਕਰੇਗਾ ਇਸ ਬੰਦੇ ਜੋ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤ ਦੀ ਸਰਕਾਰ ਉੱਪਰ ਸ਼ਰਯਾਮ ਆਪਣੇ ਪਾਰਲੀਮੈਂਟ ਵਿੱਚ ਇਹ ਇਲਜ਼ਾਮ ਲਾਇਆ ਹੈ ਇਸਤੇ ਭਾਰਤ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਇਸ ਮਸਲੇ ਦਾ ਅਸਰ ਹੁਣ ਗਾਇਕਾਂ ਦੇ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ ਇੰਡੋ ਕੈਨੇਡੀਅਨ ਗਾਇਕ ਸ਼ੁਭਨੀਤ ਸਿੰਗਰ ਸ਼ੁਭ ਨੂੰ ਸਭ ਤੋਂ ਵੱਧ ਨਿਸ਼ਾਨੇ ਤੇ ਲਿਆਂ ਜਾ ਰਿਹਾ ਹੈ ਸ਼ੁਭ ਨੇ ਭਾਰਤ दौरे ਦੌਰਾਨ ਭਾਰਤ ਦੇ 10 ਵੱਖੋ ਵੱਖਰੇ ਵੱਡੇ ਸ਼ਹਿਰਾਂ ਦੇ ਵਿੱਚ ਆਪਣੇ ਸ਼ੋਅ ਕਰਨੇ ਸੀ 23 ਤੋਂ 25 ਤੱਕ ਮੁੰਬਈ ਦੇ ਵਿੱਚ ਸ਼ੋਅ ਹੋਣੇ ਸੀ ਪਰ ਬੁੱਕ ਮਾਈ ਸ਼ੋ ਨੇ ਗਾਇਕ ਸ਼ੁਭ ਦੇ ਸਾਰੇ ਸ਼ੋਅ ਰੱਦ ਕਰ ਦਿੱਤੇ ਨੇ ਪਤਾ ਲੱਗਿਆ ਕਿ ਬੁੱਕ ਮਾਈ ਸ਼ੋ ਬੁਕਿੰਗ ਐਪ ਨੂੰ ਗਾਇਕ ਨੇ ਮੇਜ਼ਬਾਨੀ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਬਾਈਕਾਟ ਦੇ ਸੱਦੇ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਬੁੱਕ ਮਾਈ ਸ਼ੋ ਨੇ ਕਿਹਾ ਕਿ ਉਹ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਲੋਕਾਂ ਦੀਆਂ ਜਿਹੜੀਆਂ ਟਿਕਟਾਂ ਲੋਕਾਂ ਨੇ ਖਰੀਦੀਆਂ ਨੇ ਉਹਨਾਂ ਦੇ ਪੂਰੇ ਪੈਸੇ ਵਾਪਸ ਕਰ ਦੇਣਗੇ ਸ਼ੁਭਨੀ ਦੇ ਸ਼ੋਅ ਮੁੰਬਈ ਦੇ ਨਾਲ-ਨਾਲ ਹੈਦਰਾਬਾਦ ਦਿੱਲੀ ਤੇ ਬੰਗਲੌਰੂ ਦੇ ਵਿੱਚ ਵੀ ਹੋਣੇ ਸਨ ਬੁੱਕ ਮਾਈ ਸ਼ੋਅ ਤੋਂ ਇਲਾਵਾ ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਬੋਟ ਕੰਪਨੀ ਨੇ ਵੀ ਸ਼ੁਭ ਦੇ ਇੱਕ ਸ਼ੋਅ ਦੀ ਸਪਾਂਸਰਸ਼ਿਪ ਰੱਦ ਕਰ ਦਿੱਤੀ ਹੈ ਸ਼ੁਭਨੀਤ ਉਸ ਵੇਲੇ ਵਿਵਾਦਾਂ ਦੇ ਵਿੱਚ ਆਇਆ ਜਦੋਂ ਉਸਨੇ ਸੋਸ਼ਲ ਮੀਡੀਆ ਤੇ ਇੱਕ ਨਕਸ਼ਾ ਪੋਸਟ ਕੀਤਾ ਸੀ ਭਾਰਤ ਦਾ ਉਹ ਨਕਸ਼ਾ ਦਿਖਾਇਆ ਸੀ ਜਿਸ ਤੇ ਪੰਜਾਬ ਤੇ ਜੰਮੂ ਕਸ਼ਮੀਰ ਧੁੰਦਲੇ ਦਿਖਾਈ ਦੇ ਰਹੇ ਸਨ ਇਸ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ੁਭ ਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਨਾ ਛੱਡ ਦਿੱਤਾ ਹੈ ਪੰਜਾਬੀ ਰੈਪਰ ਸ਼ੁਭ ਇੰਸਟਾਗ੍ਰam ਤੇ ਸਟਿਲ ਰੋਲਨ ਗੀਤ ਦੀਆਂ ਰੀਲਾਂ ਵੱਡੀ ਗਿਣਤੀ ਵਿੱਚ ਵੰਣ ਤੋਂ ਬਾਅਦ ਮਸ਼ਹੂਰ ਹੋਇਆ ਸੀ ਪਹਿਲਾ ਗੀਤ ਵੀ ਰੋਲਨ 2021 ਦੇ ਵਿੱਚ ਰਿਲੀਜ਼ ਹੋਇਆ ਜਿਸ ਨੂੰ YouTube ਤੇ ਵੀ ਕਰੋੜ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ ਉਸਦੀ ਪਹਿਲੀ ਐਲਬਮ ਸਟਿਲ ਰੋਲਨ ਹਾਲ ਹੀ ਵਿੱਚ ਰਿਲੀਜ਼ ਹੋਈ ਸੀ ਤੇ ਸ਼ੁਭ ਪੰਜਾਬੀਆਂ ਹੀ ਨਹੀਂ ਬਲਕਿ ਹਰ ਵਰਗ ਦੇ ਲੋਕਾਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਹਰਮਨ ਪਿਆਰਾ ਹੋ ਗਿਆ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਵੀ ਸ਼ੁਭ ਨੂੰ ਫੋਲੋ ਕਰਦੇ ਨੇ ਸੁਣਦੇ ਨੇ ਤੇ ਉਸਤੇ ਬਾਰੇ ਆਪਣੇ ਬਿਆਨ ਦਿੰਦੇ ਰਹਿੰਦੇ ਨੇ ਤੇ ਕੈਨੇਡਾ ਤੇ ਭਾਰਤ ਵਿਚਾਲੇ ਤਣਾਅਪੂਰਨ ਸਬੰਧਾਂ ਦਰਮਿਆਨ ਮਾਪੇ ਸਭ ਤੋਂ ਵੱਧ ਪਰੇਸ਼ਾਨ ਨੇ ਉਹ ਮਾਪੇ ਜਿਨ੍ਹਾਂ ਨੇ ਆਪਣੇ ਵਿਦਿਆਰਥੀ ਕੈਨੇਡਾ ਦੇ ਵਿੱਚ ਪੜ੍ਹਨ ਦੇ ਲਈ ਭੇਜੇ ਨੇ ਤੇ ਉਹ ਮਾਪੇ ਵੀ ਜਿਨ੍ਹਾਂ ਨੇ ਕੈਨੇਡਾ ਭੇਜਣ ਦੇ ਲਈ ਆਪਣੇ ਵਿਦਿਆਰਥੀਆਂ ਦੇ ਵੀਜ਼ੇ ਲਾਏ ਹੋਏ ਨੇ ਦੋਵਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਜਦੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਤਾਂ ਚਿੰਤਾ ਹੋਰ ਵੀ ਵੱਧ ਗਈ ਹੈ ਇਮੀਗ੍ਰੇਸ਼ਨ ਕੰਪਨੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ ਮਾਪੇ ਹੁਣ ਵੱਡੀ ਗਿਣਤੀ ਵਿੱਚ ਦਫ਼ਤਰਾਂ 'ਚ ਪਹੁੰਚ ਕੇ ਵੀਜ਼ਿਆਂ ਬਾਰੇ ਪੁੱਛ ਪੜਤਾਲ ਕਰ ਰਹੇ ਨੇ ਚਿੰਤਾ ਦੇ ਵਿੱਚ ਨੇ ਲਗਾਤਾਰ ਦਫ਼ਤਰਾਂ 'ਚ ਜਾ ਰਹੇ ਨੇ ਵਿਦਿਆਰਥੀਆਂ ਦੇ ਮਾਪੇ ਨੂੰ ਖatsch ਹੈ ਕਿ ਜਿਹੇ ਹਾਲਾਤਾਂ ਦੇ ਵਿੱਚ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋ ਸਕਦਾ ਹੈ ਹਾਲਾਂਕਿ ਬਾਹਰ ਇਹ ਵੀ ਮੰਨਦੇ ਨੇ ਕਿ ਵਿਦਿਆਰਥੀ ਵੀਜ਼ਿਆਂ ਤੇ ਇਸ ਦਾ ਕੋਈ ਬਹੁਤਾ ਅਸਰ ਨਹੀਂ ਪੈਣਾ ਕਿਉਂਕਿ ਵਿਦਿਆਰਥੀ ਤਾਂ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੰਦੇ ਨੇ ਇਸ ਗੱਲ ਦੀ ਪੁਸ਼ਟੀ ਅਸੀਂ ਵੀ ਕਰਦੇ ਹਾਂ ਕਿਉਂਕਿ ਬਹੁਤ ਸਾਰੀਆਂ ਕੁਐਰੀਜ਼ ਸਾਡੇ ਕੋਲ ਖਾਲਸ ਟੀਵੀ ਦੇ ਕੋਲ ਵੀ ਪਹੁੰਚਦੀਆਂ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਦੇ ਮਾਪੇ ਪੀਆਰ ਅਪਲਾਈ ਕਰਨ ਵਾਲੇ ਅਤੇ ਕੈਨੇਡਾ ਦੇ ਵਿੱਚ ਮੌਜੂਦਾ ਸਮੇਂ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਨੇ ਉਹਨਾਂ ਦੀ ਚਿੰਤਾ ਇਹੀ ਹੈ ਕਿ ਹੁਣ ਅੱਗੇ ਕੀ ਹੋਵੇਗਾ ਨਾਗਰਿਕਾਂ ਤੇ ਕੀ ਅਸਰ ਪਵੇਗਾ ਇਸ ਬਾਰੇ ਅਸੀਂ ਪਰਸੋਂ ਇੱਕ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਪ੍ਰੋਗਰਾਮ ਕੀਤਾ ਸੀ ਉਹ ਵੀ ਤੁਸੀਂ ਸੁਣ ਸਕਦੇ ਹੋ ਕੁੱਲ ਮਿਲਾ ਕੇ ਵਪਾਰ ਤੇ ਅਸਰ ਤਾਂ ਪੈ ਸਕਦਾ ਹੈ ਪਰ ਯਾਤਰੀ ਵੀਜ਼ਿਆਂ ਤੇ ਅਸਰ ਬਹੁਤਾ ਜਿਹੜਾ ਕੈਨੇਡਾ ਦੇ ਵੱਲੋਂ ਪੈਣ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦੇਂਦੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਤਾਰ ਦੇ ਨਾਲ ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਇੱਕ ਮਾਮਲੇ ਵਿੱਚ ਪੀੜਤ ਸਿੱਖਾਂ ਦੇ ਜ਼ਖਮ ਫੇਰ ਤੋਂ ਉਚੇੜ ਦਿੱਤੇ ਨੇ ਉਦੇੜ ਦਿੱਤੇ ਨੇ ਰਾਉਜ਼ ਐਵੇਨਿਊ ਕੋਰਟ ਨੇ ਬੁੱਧਵਾਰ ਨੂੰ 1984 ਵਿੱਚ ਸੁਲਤਾਨਪੁਰੀ ਚ ਸਿੱਖਾਂ ਦੀ ਨਸਲਕੁਸ਼ੀ ਦੇ ਇੱਕ ਮਾਮਲੇ ਵਿੱਚ ਕਾਂਗਰਸੀ ਲੀਡਰ ਅਤੇ ਮੁੱਖ ਮਲਜ਼ਮਾ ਜੋ ਇੱਕ ਮੰਨਿਆ ਜਾਂਦਾ ਸੱਜਣ ਕੁਮਾਰ ਉਸ ਨੂੰ ਬਰੀ ਕਰ ਦਿੱਤਾ ਉਸ ਕਤਲੇਆਮ ਦੇ ਵਿੱਚ ਨਸਲਕੁਸ਼ੀ ਦੇ ਦੌਰਾਨ 6 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਭੀੜ ਵਿੱਚ ਪਿਤਾ ਤੇ ਪੁੱਤਰ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ 4 ਫੋਰ ਮਾਰੇਗੇ ਸੱਜਣ ਕੁਮਾਰ ਤੇ ਇਲਜ਼ਾਮ ਸੀ ਕਿ ਉਸਨੇ ਉਸ ਸਪੀਡ ਦੀ ਅਗਵਾਈ ਕੀਤੀ ਸੀ ਸultanpuri ਨਸਲ ਕੁਸ਼ੀ ਦੇ ਮਾਮਲੇ ਵਿੱਚ ਚਮਕੌਰ ਨੂੰ ਸੀਬੀਏ ਨੇ ਗਵਾਹ ਬਣਾਇਆ ਸੀ ਜਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਸੱਜਣ ਕੁਮਾਰ ਲੋਕਾਂ ਨੂੰ 扑ੜਕਾਰ ਰਿਹਾ ਸੀ ਇਸ ਮਾਮਲੇ 'ਚ 13 ਸਾਲ ਪਹਿਲਾਂ ਜੁਲਾਈ 2010 ਵਿੱਚ ਅਦਾਲਤ ਨੇ ਸੱਜਣ ਕੁਮਾਰ ਬ੍ਰਹਮਨੰਦ ਕੁਸ਼ਲ ਸਿੰਘ ਪੇਰੂਵੇਦ ਪ੍ਰਕਾਸ਼ ਖਿਲਾਫ ਸultanpur 'ਚ ਹੋਈ ਨਸਲ ਕੁਸ਼ੀ ਦੇ ਖਿਲਾਫ ਇਲਜ਼ਾਮ ਤੈਅ ਕੀਤੇ ਸਨ ਹਾਲਾਂਕਿ ਤੇਈ ਗਾਸ ਨੂੰ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਹੀ ਸੱਜਣ ਕੁਮਾਰ ਖਿਲਾਫ ਇੱਕ ਹੋਰ ਮਾਮਲੇ ਵਿੱਚ ਕਤਲ ਤੇ ਅਪਰਾਧਿਕ ਸਾਜ਼ਿਸ਼ ਦੀਆਂ ਤਰ੍ਹਾਂਵਾਂ ਨੂੰ ਹਟਾ ਦਿੱਤਾ ਸੀ 2015 ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸੱਜਣ ਕੁਮਾਰ ਦੇ ਖਿਲਾਫ ਪਰਚਾ ਦਰਜ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਨਕਪੁਰੀ ਅਤੇ ਵਿਕਾਸਪੁਰੀ ਦੇ ਵਿੱਚ ਸਿੱਖ ਨਸਲ ਕੁਸ਼ੀ ਦੌਰਾਨ ਸੱਜਣ ਕੁਮਾਰ ਨੇ ਭੀੜ ਦੀ ਅਗਵਾਈ ਕੀਤੀ ਸੀ ਇਸ ਦੌਰਾਨ ਸੋਨ ਸਿੰਘ ਤੇ ਉਸਦੇ ਜਵਾਈ ਅਵਤਾਰ ਸਿੰਘ ਨੂੰ ਵੀ ਖਤਮ ਕੀਤਾ ਗਿਆ ਦੂਜੀ ਐਫਆਈਆਰ ਦੇ ਵਿੱਚ ਦੱਸਿਆ ਗਿਆ ਕਿ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨਾਮ ਦੇ ਸ਼ਖਸ ਨੂੰ ਵਿਕਾਸਪੁਰੀ ਦੇ ਇਲਾਕੇ ਵਿੱਚ ਜਿਉਂਦਾ ਸੜ ਕੇ ਸੜ ਦਿੱਤਾ ਸੀ ਜਿਸ ਦੀ ਵਜ੍ਹਾ ਕਰਕੇ ਗੁਰਚਰਨ ਸਿੰਘ 30 ਸਾਲਾਂ ਤੱਕ ਮੰਜੇ ਤੇ ਹੀ ਪਿਆ ਰਹਾ ਪਰ ਅਦਾਲਤ ਨੇ ਸੱਜਨ ਕੁਮਾਰ ਦੇ ਖਿਲਾਫ ਚਾਰਜ ਸ਼ੀਟ ਵਿੱਚ ਲਾਏ ਗਏ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਸੱਜਨ ਦੇ ਖਿਲਾਫ ਭੇਡ ਤੇ ਸ਼ਾਮਿਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਅਦਾਲਤ ਨੇ ਕਿਹਾ ਕਿ ਸੱਜਨ ਕੁਮਾਰ ਉੱਥੇ ਮੌਜੂਦ ਨਹੀਂ ਸੀ ਇਸ ਕਰਕੇ ਉਸ ਦੇ ਕੇਸ ਵਿੱਚੋਂ ਕਤਲ ਦੇ ਚਾਰਜ ਹਟਾ ਦਿੱਤੇ ਗਏ ਸੀ। ਜਦ ਕਿ ਉਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ 2018 ਦੇ ਵਿੱਚ ਸੱਜਨ ਕੁਮਾਰ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਉਮਰਕਾਇਦ ਦੀ ਸਜ਼ਾ ਸੁਣਾਈ ਸੀ 5 ਲੱਖ ਤੱਕ ਜੁਰਮਾਨਾ ਵੀ ਲਾਇਆ ਸੀ। 2013 ਵਿੱਚ ਟ੍ਰਾਇਲ ਕੋਰਟ ਨੇ ਸੱਜਨ ਨੂੰ ਇਸ ਮਾਮਲੇ ਦੇ ਵਿੱਚ ਛੱਡ ਦਿੱਤਾ ਸੀ। ਹਾਈ ਕੋਰਟ ਦੇ ਜੱਜ ਨੇ ਫੈਸਲਾ ਸੁਣਾਇਆ ਦੇ ਵਕਤ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ 1947 ਦੇ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਖਤਮ ਕੀਤਾ ਗਿਆ ਉਸੇ ਤਰ੍ਹਾਂ 1984 ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਸੀ ਪਰ ਮੁਲਜ਼ਮ ਸਿਆਸੀ ਪਨਾਹ ਕਰਕੇ ਬਚਦੇ ਰਹੇ ਜਿਸ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਉਸ ਦੇ ਵਿੱਚ ਇਲਜ਼ਾਮ ਸਨ ਕਿ ਦਿੱਲੀ ਦੇ ਪਾਲਮ ਇਲਾਕੇ ਦੇ ਵਿੱਚ ਰਾਜਨਗਰ ਪਾਰਟ 1 ਤੇ ਪਾਰਟ 2 ਦੇ ਵਿੱਚ ਪੰਜ ਸਿੱਖਾਂ ਨੂੰ ਖਤਮ ਕੀਤਾ ਗਿਆ ਸੀ ਇਹ ਵਾਰਦਾਤ 1 ਤੇ 2 ਨਵੰਬਰ ਨੂੰ ਵਾਪਰੀ ਸੀ ਪੂਰੀ ਵਾਰਦਾਤ ਸੱਜਣ ਕੁਮਾਰ ਦੀ ਸ਼ਹਿਤ ਹੋਈ ਸੀ ਸੋ ਅਦਾਲਤ ਦੇ ਇਸ ਵੱਡੇ ਫੈਸਲੇ ਤੋਂ ਸਿੱਖ ਕੌਮ ਦੇ ਵਿੱਚ ਨਿਰਾਸ਼ਾ ਦਾ ਆਲਮ ਹੈ ਪੀੜਤਾਂ ਜ਼ਾਹਿਰ ਤੌਰ ਤੇ ਦੁਖੀ ਹੋਣਗੇ ਹੋਣਗੇ ਸਿੱਖ ਲੀਡਰਾਂ ਨੇ ਵੀ ਇਸ ਇਸ ਫੈਸਲੇ ਦੇ ਖਿਲਾਫ ਸਖਤ ਬਿਆਨ ਦਿੱਤੇ ਨੇ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਦੇ ਨਾਲ ਦੋਸ਼ੀ ਰਿਹਾ ਹੋ ਰਹੇ ਨੇ 1984 ਦੇ ਉਸ ਉਹ ਉਸ ਮਾੜੇ ਦੌਰ ਦੇ ਵਿੱਚ ਸੁਲਤਾਨਪੁਰ ਇਲਾਕੇ ਦੀ ਘਟਨਾ ਨਾਲ ਸੰਬੰਧਿਤ ਮਾਮਲੇ ਵਿੱਚ ਸੱਜਨ ਕੁਮਾਰ ਸਮੇਤ ਹੋਰ ਦੋਸ਼ੀਆਂ ਨੂੰ ਬਰੀ ਕਰਨ ਦੇ ਨਾਲ 38 ਸਾਲਾਂ ਤੋਂ ਇਨਸਾਫ ਲਈ ਸੰਘਰਸ਼ ਕਰ ਰਹੇ ਪੀੜਤਾਂ ਨੂੰ ਗੈਰੀ ਮਾਨਸਿਕ ਸੱਟ ਵੱਜੀ ਆ ਉਹਨਾਂ ਕਿਹਾ ਕਿ ਸੱਜਨ ਕੁਮਾਰ ਕਈ ਮਾਮਲਿਆਂ ਦਾ ਦੋਸ਼ੀ ਹੈ ਇੱਕ ਦਾ ਨਹੀਂ ਮੌਜੂਦਾ ਸਮੇਂ 'ਚ ਵੀ ਉਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਇਸ ਤੋਂ ਵੱਧ ਸਬੂਤ ਹੋਰ ਕੀ ਹੋ ਸਕਦਾ ਹੈ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਦਾਲਤ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਤੋਂ ਪਿੱਛੇ ਨਹੀਂ ਹਟੇਗੀ ਐਸਜੀਪੀਸੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੀ ਕਾਫੀ ਤਿੱਖਾ ਬਿਆਨ ਆਇਆ ਹੈ ਬੜਾ ਅਫਸੋਸ ਹੈ ਆਪਣੇ ਮਨ ਦੇ ਅੰਦਰ ਬੜੀ ਇੱਕ ਡੂੰਗੀ ਬੇਦਨਾ ਹੈ ਕਿ ਇਸ ਦੇਸ਼ ਦੀ ਆਜ਼ਾਦੀ ਦਾ 75 ਸਾਲ ਦੇ ਬਰੇ ਗੰਢ ਬਣਾ ਰਹੇ ਆ ਲੋਕ ਤੇ ਸਿੱਖ ਜਿਹੜੇ ਆ 40 ਸਾਲ ਤੋਂ ਆਪਣੇ ਨਾਲ ਵਾਪਰੇ ਇਸ ਨਸਲ ਕੁਸ਼ੀ ਦੇ ਦੁਕਾਨ ਦਾ ਨਿਆਂ ਮੰਗ ਰਹੇ ਆ ਉਹ ਦਰਦ-ਦਰ ਭਟਕ ਰਹੇ ਨੇ ਅਦਾਲਤਾਂ ਵਿੱਚ ਜਾ ਰਹੇ ਨੇ ਤੇ ਅਦਾਲਤਾਂ ਦੇ ਜਿਹੜੇ ਫੈਸਲੇ ਨੇ ਉਹ ਸਾਡੇ ਵਾਸਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਉਹ ਵਿਰਖ ਹੋ ਗਏ ਇਹ ਹਾਲਾਤ ਇਹ ਬਣ ਗਈ ਆ ਭਾਵੇਂ ਕਿ ਪਿਛਲੇ ਸਮੇਂ 'ਚ ਜਦੋਂ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਭਾਰਤੀ ਜਨਤਾ ਪਾਰਟੀ ਨਾਲ ਤੇ ਉਦੋਂ ਕੁਝ ਕੇਸ ਕੱਢੇ ਗਏ ਜਿਦੇ ਵਿੱਚ ਸੱਜਣ ਕੁਮਾਰ ਵੀ ਅੰਦਰ ਹੋਇਆ ਹੋਰ ਵੀ ਕੇਸ ਜਿਹੜੇ ਆ ਜਿਹੜੇ ਕੀ ਕਾਂਗਰਸ ਨੇ ਉਹ ਕੇਸਾਂ ਨੂੰ ਦਬਾ ਕੇ ਬੰਦ ਕਰ ਦਿੱਤਾ ਸੀ ਮੋੜ ਖੋਲੇ ਗਏ ਤੇ ਪਰ ਇਹ ਗੱਲ ਸਮਝਦੇ ਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਦੇ ਸਬੂਤ ਸੀ ਉਹ ਸਾਰੇ ਮਿਟਾ ਦਿੱਤੇ ਗਏ ਕੇਸ ਕਮਜ਼ੋਰ ਹੋ ਗਏ ਸੋ ਬਹੁਤ ਮਾੜੀ ਗੱਲ ਆ ਕਿ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਨਾ ਮੰਦਪਾਗਾ ਹੈ ਪਹਿਲਾਂ ਗਾਂਧੀ ਪਰਿਵਾਰ ਤੇ ਕਾਂਗਰਸ ਨੇ ਸੱਜਣ ਦੀ ਮਦਦ ਕੀਤੀ ਪਰ ਕਹਿੰਦੇ ਅੱਜ ਸਾਨੂੰ ਜਸਟਿਸ ਸਿਸਟਮ ਨੇ ਹੀ ਫੇਲ ਕਰ ਦਿੱਤਾ ਉਹਨਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ 'ਚ ਵਧੀਆ ਤੋਂ ਵਧੀਆ ਵਕੀਲ ਕੀਤਾ ਜਾਵੇ ਮਿਲੀ ਭੁਗਤਾ ਨਹੀਂ ਕੋਈ ਅੰਡਰਹੈਂਡ ਮਦਦ ਕਰਨ ਦੀ ਗੱਲ ਤਾਂ ਨਹੀਂ ਇਹ ਮੇਰੇ ਮਨ 'ਚ ਸਵਾਲ ਹੈ ਔਰ ਮੈਂ ਚਾਹਾਂਗਾ ਜੇ ਗੱਲ ਨਹੀਂ ਹੈ ਤੇ ਸੀਰੀਅਸ ਇਨਕੁਆਇਰੀ ਹੋਵੇ ਬੈਸਟ ਲਾਇਰਸ ਜਿੱਥੇ ਅਪੀਲ ਕੀਤੀ ਜਾਵੇ ਨੈਕਸਟ ਕੋਰਟ ਤੇ ਹਾਇਰ ਕੋਰਟ ਤੇ ਬੈਸਟ ਲਾਇਰਸ ਪੇਸ਼ ਹੋਣ ਔਰ ਪੇਸ਼ ਹੋ ਕੇ ਇਸ ਕੇਸ ਨੂੰ ਅਖੀਰ ਤੈ ਤੱਕ ਅੰਜਾਮ ਤੱਕ ਲੈ ਕੇ ਜਾਣ ਜਿੱਥੇ ਥੀਸ ਪੀਪਲ ਉਸ ਸੀ ਦੀ ਗੈਲੋਸ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹਨਾਂ ਨੇ ਹਜ਼ਾਰਾਂ ਮੁਸਿੱਖਾਂ ਨੂੰ ਧੀਆਂ ਪੈਣਾ ਨੂੰ ਇਨਾਂ ਦੇ ਜਿੱਥੇ ਕਤਲਿਆਮ ਕੀਤਾ ਉੱਥੇ ਇਹਨਾਂ ਉਹਨਾਂ ਨਾਲ ਬਦਸਲੂਕੀ ਕੀਤੀ ਸੋ ਮੈਂ ਡਿਮਾਂਡ ਕਰਦਾ ਹੈ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਦੇ ਜਿਹੜੇ ਆਈਓ ਸਨ ਜਾਂ ਜਿਹੜੇ ਇਸ ਗਰੁੱਪ ਨੂੰ ਮੋਨਿਟਰ ਕਰ ਰਹੇ ਸੀ ਉਹਨਾਂ ਦੀ ਵੀ ਇਨਕੁਆਇਰੀ ਹੋਵੇ ਕਿ ਉਹਨਾਂ ਨੇ ਕਿੱਥੇ ਚਲਮੜ ਛੱਡਦੀ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਤਿਅੰਤ ਦੁਖਦਾਈ ਤੇ ਹੈਰਾਨ ਕਰਨ ਵਾਲਾ ਫੈਸਲਾ ਆਇਆ ਹੈ ਜਿਸ ਕਰਕੇ ਲਗਭਗ 40 ਸਾਲਾਂ ਬਾਅਦ ਇੱਕ ਵਾਰੀ ਫਿਰ ਤੋਂ ਸਾਨੂੰ ਨਸਲ ਕੁਸ਼ੀ ਵਰਗਾ ਹੀ ਮਹਿਸੂਸ ਹੋ ਰਿਹਾ ਹੈ ਅਕਾਲੀ ਦਲ ਕਹਿੰਦੇ ਕਦੇ ਵੀ ਹਾਰ ਨਹੀਂ ਮੰਨੇਗਾ ਦੋਸ਼ੀਆਂ ਨੂੰ ਕਾਨੂੰਨ ਦੇ ਕਟਾਰੇ ਵਿੱਚ ਲਿਆ ਕੇ ਸਖਤ ਸਜ਼ਾਵਾਂ ਦਿਵਾਉਣ ਤੱਕ ਕੇਸ ਦੀ ਨਿਰੰਤਰ ਪੈਰਵਾਈ ਕਰੇਗਾ ਕੈਨੇਡਾ ਦੇ ਸਰੀ ਤੋਂ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਭਾਰਤ ਸਰਕਾਰ ਤੇ ਲਾਏ ਗਏ ਇਲਜ਼ਾਮਾਂ ਤੇ ਭਾਰਤ ਸਰਕਾਰ ਦੇ ਵੱਲੋਂ ਦੋਸ਼ਾਂ ਨੂੰ ਬੇਬੁਨਿਆਦ ਕਹਿ ਕੇ ਰੱਦ ਕੀਤੇ ਜਾਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਗਨ ਰਗਵੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਗਗਨ ਰਗਵੀਰ ਸਿੰਘ ਨੇ ਇਸ ਨੂੰ 1984 ਸਿੱਖ ਨਸਲ ਕੁਸ਼ੀ ਦੇ ਨਾਲ ਜੋੜਦਿਆਂ ਕਿਹਾ ਕਿ ਟਰੂਡੋ ਦੇ ਵੱਲੋਂ ਭਾਰਤੀ ਏਜੰਸੀ ਤੇ ਹਰਦੀਪ ਸਿੰਘ ਨਿੱਜਰ ਬਾਰੇ ਲਾਇਆ ਗਿਆ ਇਲਜ਼ਾਮ ਕਾਫੀ ਗੰਭੀਰ ਹੈ ਇਸ ਨੇ ਪੂਰੀ ਦੁਨੀਆ 'ਚ ਵਸਦੇ ਸਿੱਖਾਂ ਦੇ ਦਿਲਾਂ ਨੂੰ ਬਲਉਂਦਰ ਕੇ ਰੱਖ ਦਿੱਤਾ ਉਹਨਾਂ ਕੈਨੇਡਾ ਦੇ ਇਲਜ਼ਾਮਾਂ ਤੇ ਆਪਣੀ ਸਥਿਤੀ ਸਪਸ਼ਟ ਕਰੇ ਤਾਂ ਕਿ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾ ਸਕੇ ਜਿਸ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨੱਜਰ ਦੇ ਖਤਮ ਦਾ ਜਿਹੜਾ ਇਲਜ਼ਾਮ ਹੈ ਉਹ ਸ਼ਰੇਆਮ ਭਾਰਤੀਆਂ ਏਜੰਸੀਆਂ ਤੇ ਲਾਉਣ ਦੀ ਜਿਹੜੀ ਸੰਭਾਵਨਾ ਹੈ ਉਹ ਉਹਨਾਂ ਨੇ ਪ੍ਰਗਟ ਕੀਤੀ ਹੈ ਜਿਸ ਨੇ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖਾਂ ਦੇ ਹਿਰਦਿਆਂ ਨੂੰ ਬਲੰਦਰ ਕੇ ਰੱਖ ਦਿੱਤਾ ਹੈ ਔਰ ਸਿੱਖਾਂ ਨੂੰ ਫੇਰ ਤੋਂ ਸਾਕਾ ਨੀਲਾ ਤਾਰਾ ਦੀ ਯਾਦ ਆਈ ਹੈ 1984 ਵਿੱਚ ਹੋਏ ਦੰਗਿਆਂ ਦੀ ਯਾਦ ਸਿੱਖ ਨਸਲ 쿠ਸ਼ੀ ਦੀ ਯਾਦ ਆਈ ਹੈ ਔਰ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਹੋਏ ਸ਼ਰਿਆਮ ਕਤਲੇਆਮ ਦੀ ਜਿਹੜੀ ਯਾਦ ਸੀ ਉਹ ਫੇਰ ਆਈ ਹੈ ਔਰ ਸਿੱਖਾਂ ਦੇ ਜਿਹੜੇ ਹਿਰਦੇ ਦੇ ਜ਼ਖਮ ਸਨ ਉਹਨਾਂ ਵਿੱਚ ਫੇਰ ਕੱਲ ਦਾ ਰਿਸਾਹ ਜਿਹੜਾ ਸੀ ਉਹ ਪੈਦਾ ਹੋ ਚੁੱਕਾ ਹੈ ਜੇਕਰ ਭਾਰਤ ਦੀ ਸਰਕਾਰ ਦੀਆਂ ਏਜੰਸੀਆਂ ਭਾਈ ਹਰਦੀਪ ਸਿੰਘ ਨਿੱਜਰ ਉਨ੍ਹਾਂ ਦੇ ਕਤਲ ਵਿੱਚ ਸ਼ਾਮਲ ਨੇ ਤੇ ਇਹਦੇ ਤੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗ ਪਾਏ ਤੇ ਖੇਤ ਦਾ ਰਖਵਾਲਾ ਜਿਹੜਾ ਹੈ ਖੇਤ ਦੀ ਰੱਖਿ ਜਿਹੜੀ ਹੈ ਉਹ ਕੌਣ ਕਰੇਗਾ ਇਸ ਬੰਦੇ ਜੋ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤ ਦੀ ਸਰਕਾਰ ਉੱਪਰ ਸ਼ਰਿਆਮ ਆਪਣੇ ਪਾਰਲੀਮੈਂਟ ਵਿੱਚ ਇਹ ਇਲਜ਼ਾਮ ਲਾਇਆ ਇਸ ਤੇ ਭਾਰਤ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਬੁੱਧਵਾਰ ਨੂੰ 24 ਮੁਲਜ਼ਮਾਂ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਪੂਰੀ ਤੇ ਪਹਿਲੀ ਵਾਰੀ ਹੋਇਆ ਜਦੋਂ ਇਸ ਮਾਮਲੇ ਦਾ ਇਸ ਪੂਰੇ ਕਤਲकांड ਦਾ ਮਾਸਟਰਮਾਈਂਡ ਮੰਨਿਆ ਜਾਂਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਹਾਲਾਂਕਿ ਜੱਗੂ ਭਗਵਾਨਪੁਰੀਆ ਨੂੰ ਪੁਲਿਸ ਵੱਲੋਂ ਰਿਮਾਂਡ ਤੇ ਲੈ ਜਾਣ ਕਾਰਨ ਉਹ ਪੇਸ਼ੀ ਨਹੀਂ ਪੂਰ ਸਕਿਆ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ 24 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਇਲਾਕੇ ਸੈਸ਼ਨ ਜੱਜ ਪ੍ਰੀਤੀ ਸਾਨੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਨੇ ਵੀ ਪੇਸ਼ੀ ਭੁਗਤੀ ਹੈ ਇਸ ਦਰਾਂਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਨਿਆ ਪ੍ਰਣਾਲੀ ਤੇ ਪੂਰਾ ਵਿਸ਼ਵਾਸ ਹੈ ਪੂਰੀ ਆਸ ਹੈ ਕਿ ਇਨਸਾਫ ਜ਼ਰੂਰ ਮਿਲੇਗਾ ਕਤਲ ਦੀ ਜਾਂਚ ਕਰ ਰਹੀ ਸਿਟ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ 골ਡੀ ਬਰਾੜ ਤੇ ਜੱਗੂ ਭਗਵਾਨਪੁਰਿਆ ਸਮੇਤ 31 ਮੁਲਜ਼ਮਾਂ ਦੇ ਵਿਰੁੱਧ ਦੋ ਚਾਰਜ ਸ਼ੀਟਾਂ ਦਾਇਰ ਕੀਤੀਆਂ ਨੇ ਦਾਵਾ ਕੀਤਾ ਕਿ ਇਹ ਜਿਹੜਾ ਇਹ ਜਿਹੜੀ ਵਾਰਦਾਤ ਸੀ ਉਹ ਬਿਸ਼ਨੋਈ ਤੇ ਬੰਬੀ ਗੈਂਗ ਵਿਚਾਲੇ ਬਦਲੇ ਦੀ ਲੜੀ ਦਾ ਹਸਾਸਨ ਅਗਲੀ ਖਬਰ ਸ੍ਰੀ ਮੁਕਸਿਸ ਸਾਹਿਬ ਚ ਮੰਗਲਵਾਰ ਨੂੰ ਹੋਏ ਬੱਸ ਹਾਦਸੇ ਦੇ ਨਾਲ ਜੁੜੀ ਹੋਈ ਹੈ ਜਦੋਂ ਬੱਸ ਨਹਿਰ ਦੇ ਵਿੱਚ ਡਿੱਗ ਪਈ ਸੀ ਬੱਸ ਡਿੱਗਣ ਦੇ ਮਾਮਲੇ ਵਿੱਚ ਥਾਣਾ ਬਰੀਵਾਲਾ ਪੁਲਿਸ ਨੇ ਹੁਣ ਬੱਸ ਦੇ ਡਰਾਈਵਰ ਤੇ ਕੰਡਕਟਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਡਰਾਈਵਰ ਖੁਸ਼ਪਿੰਦਰ ਸਿੰਘ ਤੇ ਕੰਡਕਟਰ ਹਰਜੀਤ ਸਿੰਘ ਨੂੰ ਦਫਾ 304ਏ 279 337 ਤੇ 427 ਤਹਿਤ ਨਾਮਜ਼ਦ ਕੀਤਾ ਹੈ ਇਸ ਮਾਮਲੇ ਦੇ ਵਿੱਚ ਬੱਸ ਦੇ ਮਾਲਕ ਦਾ ਬਿਆਨ ਵੀ ਆਇਆ ਹੈ ਮਾਲਕ ਮੁਤਾਬਕ ਪੁਲ ਤੰਗ ਹੋਣ ਕਰਕੇ ਹਾਦਸਾ ਵਾਪਰਿਆ ਪੈਂਤ ਇਸ ਸਵਾਰੀਆਂ ਬੱਸ ਦੇ ਵਿੱਚ ਸਵਾਰ ਸਨ ਜਿਨ੍ਹਾਂ ਵਿੱਚੋਂ 20 ਦੀਆਂ ਹੀ ਹਾਲੇ ਟਿਕਟਾਂ ਕੱਟੀਆਂ ਗਈਆਂ ਸੀ ਬਾਕੀਆਂ ਦੀਆਂ ਕੱਟਣੀਆਂ ਸੀ ਪਰ ਇਮੀ ਦੌਰਾਨ ਬ੍ਰੇਕ ਮਾਰਨ ਕਰਕੇ ਬੱਸ ਸਲਿੱਪ ਹੋ ਗਈ ਡ라이ਵਰ ਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ ਨੇ ਮੀਂਹ ਕਹਿੰਦੇ ਤੇਜ਼ ਸੀ ਬਸ ਦੇ ਮੂਰੇ ਇੱਕ ਕਾਰ ਜਾ ਰਹੀ ਸੀ ਜਿਵੇਂ ਹੀ ਦੋਵੇਂ ਵਹੀਕਲ ਤੰਗ ਪੁਲ ਤੇ ਪਹੁੰਚੇ ਤਾਂ ਕਾਰ ਸਵਾਰ ਨੇ ਇੱਕਦਮ ਕਾਰ ਨੂੰ ਤੇਜ਼ ਰਫ਼ਤਾਰ ਨਾਲ ਭਜਾ ਲਿਆ ਜਿਸ ਕਰਕੇ ਬਸ ਡਰਾਈਵਰ ਨੂੰ ਐਮਰਜੈਂਸੀ ਬ੍ਰੇਕ ਲਾਉਣੇ ਪਏਗੇ ਤੇ ਸਲਿੱਪ ਹੋ ਕੇ ਬਸ ਨਹਿਰ ਦੇ ਵਿੱਚ ਜਾ ਡੇਗੀ ਇਸ ਹਾਦਸੇ ਦੇ ਵਿੱਚ 8 ਜਣਿਆਂ ਦੀ ਮੌਤ ਦੀ ਪੁਸ਼ਟੀ ਪੁਲਿਸ ਨੇ ਕਰ ਦਿੱਤੀ ਹੈ ਥੋੜੇ ਜਣੇ ਲਾਪਤਾ ਵੀ ਹਨ ਪਾਣੀ ਦੇ ਵਿੱਚ ਵੀ ਕਈ ਰੁੜੇ ਨੇ ਉਹਨਾਂ ਦੀ ਭਾਲ ਜਾਰੀ ਹੈ ਲੁਧਿਆਣਾ ਪੁਲਿਸ ਨੇ ਸਾਬਕਾ ਕਾਲੀ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰੋਂ ਦਾ ਮਾਮਲਾ ਸਲਝਾਉਣ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਗਹਿਣੇ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ ਨੇਪਾਲੀ ਨੌਕਰ ਨੇ ਸਾਬਕਾ ਮੰਤਰੀ ਤੇ ਉਹਨਾਂ ਦੀ ਪਤਨੀ ਨੂੰ ਨਸ਼ੀਲਾ ਪਦਾਰਥ ਖੋਆਇਆ ਸੀ ਲੁਧਿਆਣਾ ਦੇ ਵਿੱਚ ਡਾਕਟਰ ਜੋੜੇ ਦੇ ਘਰ ਹੋਈ ਲੁੱਟ ਦੇ 43 ਲੱਖ ਰੁਪਏ ਹੋਰ ਬਰਾਮਦ ਹੋਏ ਨੇ ਕੁੱਲ ਰਿਕਵਰੀ 3 ਕਰੋੜ 94 ਲੱਖ ਦੀ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਰਾਮਨ ਨੇ ਕਿਸਾਨ ਲੋਨ ਪੋਰਟਲ ਯਾਨੀ ਕਿ ਕੇਆਰਪੀ ਲਾਂਚ ਕਰ ਦਿੱਤਾ ਹੈ ਇਹ ਪੋਰਟਲ ਕਈ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਕਿਸਾਨ ਕ੍ਰੈਡਿਟ ਕਾਰਡ ਤਹਿਤ ਕ੍ਰੈਡਿਟ ਸੇਵਾਵਾਂ ਤੱਕ ਪੰਚ ਪ੍ਰਦਾਨ ਕਰੇਗਾ ਡਿਜੀਟਲ ਪਲੇਟਫਾਰਮ ਕਿਸਾਨਾਂ ਦੇ ਡਾਟਾ ਕਰਜ਼ੇ ਦੀ ਵੰਡ ਦੀ ਜਾਣਕਾਰੀ ਵਿਆਜ ਸਹਾਇਤਾ ਦੀ ਯੋਜਨਾ ਦੀ ਪ੍ਰਗਤੀ ਬਾਰੇ ਜਾਣਕਾਰੀ ਦੇਵੇਗਾ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ